अव्वल अल्लाह नूर पाया कुदरत के सब बंदे एक नूर ते सब जग उपजया कौन पले तो मंदे। वाहेगुरु जी का खालसा वाहेगुरु जी की फतेह। अकाल पुरख दे सिव सलाह दे प्रोग्राम एक ओंकार विच आप जी दा स्वागत है। सतसंगत जी, अज सिख धर्म दे मोढ़ी अते पहली पातशाही श्री गुरु नानक देव जी दा ज्योति जोत दिहाड़ा है। सो इस खास दिहाड़े मौके जाणांगे उन्हां दे जीवन बारे, उन्हां दे जीवन तों मिलदियां सिक्ख्यावां बारे, उन्हां दे बाणी बारे ते होर वी बहुत कुछ जाणन दे लई साडे नाल स्टूडियो विच मौजूद ने दिल्ली दे इतिहासक गुरुद्वारा सिसगंज साहिब दे हड़ ग्रंथी वजों अपणियां सेवावां निभा रहे ज्ञानी रजिंदर सिंह जी, बहुत बहुत स्वागत है जी आप जी दा। वाहेगुरु जी का खालसा वाहेगुरु जी की फतेह। ते सत्संग दे शुरू करदे आ धर्म विचार। जिवें कि आप सब जानते हो कि श्री गुरु नानक देव जी का जो प्रकाश है वह पाकिस्तान विखे लाहौर दे कोल तलवंडी विखे 1469 विच होया। ते आप जी ने पूरी लुकाई नू सिर्फ एक ही सुनेहा दिता कि उस एक अकाल पुरख की भगती करनी है। जगह जगह गए आप जी, जिथे जिथे चरण पाए उत्थे उत्थे उन्हां दी इतिहासक निशानियां अज भी सुभायमान ने, अज भी संगतां दर्शन करदियां ने, दर्शन करके निहाल हो जांदियां ने। उंज तां गुरु नानक साहिब जी जीवन नाल जुड़ियां कई साखियां ने जो सानूं सिक्ख्यावां दिंदे ने, पर धर्म विचार सब तों पहलां शुरुआत करदे हां उन्हां दे शुरुआती जीवन तों। गुरु साहिब जी दा जो जीवन है उह बचपन विच किद्दां रिहा ते किस तरां उन्हां ने अपने जीवन जो इह जो पूरी लुकाई नूं इक दसरिहां दित्ता, किस तरां उन्हां ने शुरुआत कीती? मैं तो उन्होंने जीवन वाल जो झाती मारदा हाँ तो वाकई ही भाई गुरदास जी जिहड़े बचन कहिंदे ने कि एक बाबा अकाल रूप दूजा रबाबी मरदाना जी। तो पट्टा ने जिवें कहा है कि एक मन पुरख त्याए बरदाता संत सहार सदा बखियाता तास चरण लहरे दे बसावों तो परम गुरु नानक गुण गावों गावों गुण परम गुरु सुख सागर दुर्त निवारण शब्द सरे गावें गंभीर तिहिर मत सागर जोगी जंगम ध्यान धरे गावें इंद्राद भगत प्रहलादिक आत्मरस जिन जानियो कब कल सुजस गावों गुरु नानक राज जोग जिन माणियो जाहर पीर जगत गुर बाबा। ऐसियां बड़ियां ही सुंदर सुंदर गुरु साहिब जी दे बारे लकफ वरते हन ਪੱਟਾਂ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਨੂੰ ਧਿਆਉਣਾ ਪ੍ਰਭੂ ਪਰਮੇਸ਼ਰ ਰੂਪ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ ਇਤਿਹਾਦਿਕ ਬਚਨਾਂ ਦੇ ਨਾਲ ਉਹਨਾਂ ਦੀ ਸਿਫਤ ਉਹਨਾਂ ਦੀ ਵਡਿਆਈ ਜੋ ਸੁੱਤੇ ਸਿੱਧ ਹੀ ਉਹਨਾਂ ਨੇ ਲਿਖਿਆ ਕਿ ਪੁਰਾਤਨ ਭਗਤ ਵਾਹਿਗੁਰੂ ਦੇ ਪਿਆਰੇ ਕਰ ਰਹੇ ਹਨ ਤੋ ਮੈਂ ਉਹਨਾਂ ਦੀ ਸਿਫਤ ਉਹਨਾਂ ਦੀ ਵਡਿਆਈ ਦੇ ਵਿੱਚ ਆਪਣਾ ਸਿਰ ਜੋ ਹੈ ਉਹ ਝੁਕਾਉਂਦਾ ਹਾਂ। ਉਹਨਾਂ ਦਾ ਬਚਪਨ ਤੋਂ ਹੀ ਜਿਹੜਾ ਹੈ ਪ੍ਰਚਾਰ ਪ੍ਰਸਾਰ ਜਿਹੜਾ ਹੈ ਐਸੀਆਂ ਸਾਖੀਆਂ ਮਿਲਦੀਆਂ ਹਨ ਕਿ ਬਚਪਨ ਤੋਂ ਹੀ ਉਹਨਾਂ ਦਾ ਜਿਹੜਾ ਹੈ ਉਹ ਪ੍ਰਚਾਰ ਪ੍ਰਸਾਰ ਵੱਲ ਇੱਕ ਵਾਹਿਗੁਰੂ ਉਹ ਇੱਕ ਬੜਾ ਪਿਆਰਾ ਬਚਨ ਸਾਖੀਕਾਰ ਲਿਖਦੇ ਨੇ ਕਿ ਜਨਮ ਤੋਂ ਹੀ ਉਹਨਾਂ ਦਾ ਮੁਸਕਰਾਉਣਾ ਜਿਹੜਾ ਹੈ ਉਹ ਸੱਚੀ ਦੌਲਤ ਦੇਣ ਵਾਲਾ ਹੈ ਔਰ ਫਿਰ ਇੱਕ ਉਂਗਲ ਖੜੀ ਕਰਨਾ ਉਹ ਵੀ ਇਸ਼ਾਰਾ ਇੱਕ ਅਕਾਲ ਪੁਰਖ ਵੱਲ ਹੀ ਹੈ ਤੋ ਇਸ ਤਰ੍ਹਾਂ ਦੇ ਨਾਲ ਹਰ ਇੱਕ ਗੱਲ ਜਿਹੜੀ ਹੈ ਉਹਨਾਂ ਦੀ ਬੜੀ ਭਾਵਪੂਰਤ ਰਹੀ ਹੈ। ਖਾਸ ਕਰ ਅਸੀਂ ਉਸ ਸਮੇਂ ਨੂੰ ਲੈਂਦੇ ਹਾਂ ਜਿਸ ਸਮੇਂ ਉਹਨਾਂ ਦੇ 9 ਸਾਲ ਦੀ ਉਮਰ ਦੇ ਵਿੱਚ ਜਗਯੋਪਵੀਤ ਦਾ ਜੋ ਭਾਰਤੀ ਸਮਾਜ ਦੇ ਵਿੱਚ ਹਿੰਦੂ ਸਮਾਜ ਦੇ ਵਿੱਚ ਰਸਮ ਹੁੰਦੀ ਸੀ ਤੋ ਉਸ ਵਕਤ ਉਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਪੰਡਿਤ ਹਰਦਿਆਲ ਨੂੰ ਇਹ ਕਹਿ ਕਰਕੇ ਕਿ ਇਹ ਜਿਹੜਾ ਤੁਸੀਂ ਮੈਨੂੰ ਜਨੇਊ ਪਾਉਣ ਲੱਗੇ ਹੋ ਇਸ ਦੇ ਪਾਉਣ ਦਾ ਕੀ ਅਰਥ ਹੈ ਇਹ ਕੀ ਹੈ ਪੰਡਿਤ ਜੀ ਦਾ ਦੱਸਣਾ ਕਿ ਇਹ ਜਨੇਊ ਹੈ ਇਹ ਇਸ ਉਮਰ ਦੇ ਵਿੱਚ ਪਾਉਣਾ ਜਿਹੜਾ ਹੈ ਧਰਮੀ ਬਣਾਉਣ ਵਾਸਤੇ ਜ਼ਰੂਰੀ ਹੈ ਤੋ ਕੈਸਾ ਉਪਦੇਸ਼ ਹੈ ਉਹਨਾਂ ਦਾ ਉਸ ਵਕਤ ਉਹ ਰੋਕ ਦਿੰਦੇ ਨੇ ਕਹਿੰਦੇ ਨੇ ਫਿਰ ਇੰਝ ਕਰੋ ਤੁਸੀਂ ਮੇਰੀ ਵੱਡੀ ਭੈਣ ਜੋ ਹੈ ਉਹ ਮੇਰੇ ਤੋਂ ਵੱਡੇ ਨੇ ਤੋ ਉਹਨਾਂ ਦੀ ਉਮਰ ਹੈ ਉਹ ਯੋਗ ਹਨ ਤੋ ਉਹਨਾਂ ਦਾ ਪਹਿਲੋਂ ਹੱਕ ਬਣਦਾ ਹੈ ਤੁਸੀਂ ਉਹਨਾਂ ਨੂੰ ਪਹਿਲੋਂ ਇਹ ਜਿਹੜਾ ਹੈ ਜਨੇਊ ਪਹਿਨਾਉਣਾ ਕਰੋ ਤੋ ਇੰਨੀ ਵੱਡੀ ਕ੍ਰਾਂਤੀ ਜਿਹੜੀ ਹੈ ਉਸ ਸਮੇਂ ਇੰਨੀ ਕੁ ਉਮਰ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਤੋ ਉਹਨਾਂ ਨੇ
ਮਨਾ ਕਰ ਦਿੱਤਾ। ਹਰਦਿਆਲ ਜੀ ਆਖਦੇ ਨੇ ਕਿ ਐਸਾ ਨਹੀਂ ਹੋ ਸਕਦਾ। ਉਹ ਕਹਿੰਦੇ ਨੇ ਕਿਉਂ ਨਹੀਂ ਹੋ ਸਕਦਾ, ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਧਰਮ ਦੇ ਵਿੱਚ ਪ੍ਰਵੇਸ਼ ਕਰਨ ਦੀ ਮਰਿਆਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੋਣਾ ਚਾਹੀਦਾ ਹੈ ਜਿਹੜੀ ਬੱਚੇ ਨੂੰ ਜਨਮ ਦਿੰਦੀ ਹੈ, ਜੀ, ਜੋ ਪਾਲਣਾ ਕਰਦੀ ਹੈ, ਜਿਸ ਦੀ ਬਾਲਕ ਦੇ ਬੱਚੇ ਦੇ ਨੇੜੇ ਨਜ਼ਦੀਕੀ ਜਿਹੜੀ ਹੈ ਜ਼ਿਆਦਾ ਰਹਿੰਦੀ ਹੈ। ਪਿਤਾ ਤਾਂ ਕਦੇ ਕਦੇ ਘਰ ਆਉਂਦਾ ਹੈ, ਕੰਮ ਕਾਜ ਹੀ ਹੁੰਦਾ ਹੈ, ਲੇਕਿਨ ਮਾਂ ਦੇ ਕੋਲ ਹਰ ਵੇਲੇ ਬੱਚਾ ਰਹਿੰਦਾ ਹੈ। ਉਹਦਾ ਪ੍ਰਭਾਵ ਬੱਚੇ ਦੇ ਉੱਪਰ, ਬਾਲਕ ਦੇ ਉੱਪਰ ਪੈਣਾ ਹੈ। ਬੜੇ ਹੀ ਦੂਰ ਅੰਦੇਸ਼ੀ ਵਾਲੇ ਇਸ ਉਮਰ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਸਨ ਉਹ ਬਚਨ ਸਨ। ਹੈਰਾਨੀ ਹੁੰਦੀ ਹੈ ਕਿ ਉਹ ਕੈਸੀ ਮੂਰਤ ਸੀ, ਕੈਸੀ ਸੂਰਤ ਸਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਫਿਰ ਉਹਨਾਂ ਨੇ, ਪੰਡਿਤ ਨੇ ਕਿਹਾ ਕਿ ਇਸਤਰੀ, ਸ਼ਾਸਤਰ ਕਹਿੰਦੇ ਨੇ ਕਿ ਇਸਤਰੀ ਅਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਬੜੇ ਪਿਆਰੇ ਉਸ ਵੇਲੇ ਬਚਨ ਕਹਿੰਦੇ ਨੇ ਕਿ ਜਿਹੜਾ ਧਰਮ, ਜਿਹੜੀ ਗੱਲ, ਜਿਹੜਾ ਕਰਮ ਮੈਨੂੰ ਇਸਤਰੀ ਔਰ ਪੁਰਖ ਦੇ ਵਿੱਚ ਫਰਕ ਪੈਦਾ ਕਰਦਾ ਹੈ, ਭੈਣ ਭਰਾ ਦੇ ਪਿਆਰ ਦੇ ਵਿੱਚ ਫਰਕ ਪਾਉਂਦਾ ਹੈ, ਮੈਂ ਉਸ ਨੂੰ ਪ੍ਰਵਾਨ ਨਹੀਂ ਕਰਾਂਗਾ। ਤੋ ਇਹਨੂੰ ਫਰਕ ਪਾਉਣ ਵਾਲਾ ਦੱਸ ਕਰਕੇ, ਦੂਰੀਆਂ ਪਾਉਣ ਵਾਲਾ ਦੱਸ ਕਰਕੇ ਤਾਂ ਗੁਰੂ ਸਾਹਿਬ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ। ਨਾਲੇ ਕਿਹਾ ਕਿ ਤੁਸੀਂ ਦੱਸੋ ਇਹਦੀ ਅਸਲੀਅਤ ਕੀ ਹੈ, ਕੀ ਹੈ ਇਹ। ਇਹਨੂੰ ਪਾਉਣ ਦੇ ਨਾਲ ਪੰਡਿਤ ਜੀ ਕਹਿੰਦੇ ਨੇ ਧਰਮੀ ਹੋ ਜਾਈਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸਮਝਦਾ ਹਾਂ ਕਿ ਧਰਮੀ ਹੋਈਦਾ ਹੈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਫਿਰ ਇਹ ਸਲੋਕ ਵੀ ਨਾਲ ਹੀ ਆਸਾ ਦੀਵਾਰ ਦੇ ਅੰਦਰ, ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵਿਆਹ ਪੰਡੋ ਹੋਵੇ, ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ, ਬੰਦਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਨ। ਇਸਤਰੀ ਜਾਤੀ ਦੇ ਲਈ ਹਰ ਸੰਸਾਰ ਦੇ ਅੰਦਰ ਐਸਾ ਮਾਣ ਸਤਿਕਾਰ ਜਿਹੜਾ ਹੈ ਅੱਜ ਤੱਕ ਕਿਸੇ ਨੇ ਵੀ ਨਹੀਂ ਸੀ ਦਿੱਤਾ, ਜੋ ਭਾਰਤੀ ਸਮਾਜ ਪੂਰੇ ਵਿਸ਼ਵ ਦੇ ਵਿੱਚ ਜੋ ਇਸਤਰੀ ਨੂੰ ਸਨਮਾਨ ਦਿੱਤਾ ਹੈ, ਉਹ ਦਾਤਿਆਂ, ਰਾਜਿਆਂ, ਮਹਾਰਾਜਿਆਂ, ਭਗਤਾਂ, ਸੂਰਵੀਰਾਂ, ਜਰਨੈਲਾਂ ਨੂੰ ਜਨਮ ਦੇਣ ਵਾਲੀ ਹੈ। ਸੋ ਕਿਉਂ ਮੰਦਾ ਆਖੀਏ, ਸੋ ਫਿਰ ਉਸ ਨੂੰ ਮੰਦਾ ਕਿਉਂ ਕਿਹਾ ਜਾਏ, ਉਹ ਅਪਵਿੱਤਰ ਨਹੀਂ ਹੈ। ਅਪਵਿੱਤਰ ਤਾਂ ਮਹਾਰਾਜ ਕਹਿੰਦੇ ਨੇ, ਜੇ ਤੁਸੀਂ ਉਹ ਅੱਗੋਂ ਦਲੀਲ ਦਿੰਦੇ ਨੇ ਨਾ ਕਿ ਅਪਵਿੱਤਰ ਹੈ ਇਸ ਕਰਕੇ ਨਹੀਂ ਪਹਿਨਾਇਆ ਜਾ ਸਕਦਾ। ਸਾਡੇ ਭਾਰਤੀ ਸਮਾਜ ਦੇ ਵਿੱਚ ਅੱਜ ਵੀ ਇਹ ਗੱਲਾਂ ਜਿਹੜੀਆਂ ਨੇ, ਇਸਤਰੀ, ਮੈਂ ਕਈ ਵਾਰ ਦੇਖਦਾ ਹਾਂ ਪਿੰਡਾਂ ਥਾਵਾਂ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ ਜੀ, ਇਸਤਰੀ ਦੇਖੋ ਜੀ ਇਹ ਤਾਂ ਪਾਠ ਨਹੀਂ ਕਰ ਸਕਦੀ ਉਸ ਸਮੇਂ, ਹੈਂ ਜੇ ਉਸ ਵੇਲੇ ਜਿਸ ਵੇਲੇ ਮੰਥਲੀ ਦਾ ਟਾਈਮ ਹੁੰਦਾ ਹੈ, ਦੇਖੋ ਜੀ ਇਹ ਪਾਠ 'ਤੇ ਨਹੀਂ ਬੈਠ ਸਕਦੀ, ਜਾਂ ਹੋਰ ਇਸ ਤਰ੍ਹਾਂ ਦੇ ਧਰਮ ਕਰਮ ਨਹੀਂ ਕਰ ਸਕਦੀ, ਧਰਮ ਅਸਥਾਨ ਦੇ ਉੱਪਰ ਨਹੀਂ ਜਾ ਸਕਦੀ। ਕਈ ਵਾਰ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਕਰਦੇ ਦੇਖੇ ਗਏ ਹਨ, ਹੋਰਨਾਂ ਅਨਮਤਾਂ ਦੇ ਵਿੱਚ ਵੀ ਦੇਖੇ ਗਏ ਹਨ। ਸੋ ਅੱਜ ਵੀ ਇਹ ਗੱਲਾਂ ਹਨ, ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦੋਂ ਹੀ ਇਹ ਆਪਣਾ ਮੈਸੇਜ ਦੇ ਕਰਕੇ ਸਮਝਾ ਦਿੱਤਾ। ਫਿਰ ਉਹਨਾਂ ਨੇ ਕਿਹਾ ਜਿਉਂ ਜੋ ਰੂ ਸਿਰਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਤੁਸੀਂ ਮੰਥਲੀ ਦੀ ਗੱਲ ਕਰਦੇ ਹੋ ਤਾਂ ਮਹਾਰਾਜ ਕਹਿੰਦੇ ਨੇ ਬੰਦਿਆ ਮੂੰਹ ਦੇ ਵਿੱਚੋਂ ਜਿਹੜਾ ਝੂਠ ਬੋਲਦਾ ਹੈ ਉਸ ਤੋਂ ਵੀ ਵੱਡਾ ਪਾਪ ਹੈ। ਇਹ ਕੋਈ ਪਾਪ ਨਹੀਂ, ਇਹ ਤਾਂ ਸਰੀਰਕ ਕਿਰਿਆ ਹੈ। ਵਾਹਿਗੁਰੂ ਨੇ ਜੋ ਜਿਵੇਂ ਜਿਵੇਂ ਸਰੀਰ ਦੀ, ਮਨੁੱਖ ਦੀ ਰਚਨਾ ਕੀਤੀ ਹੈ, ਇਸਤਰੀ ਦੀ ਜਾਂ ਪੁਰਸ਼ ਦੀ, ਤਾਂ ਇਹ ਇੱਕ ਸਰੀਰਕ ਕਿਰਿਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਬੰਦਾ ਉਸ ਵੇਲੇ ਅਧਰਮੀ ਹੁੰਦਾ ਹੈ ਜਾਂ ਪਾਪੀ ਹੁੰਦਾ ਹੈ ਜਿਸ ਵੇਲੇ ਉਹ ਆਪਣੇ ਮੁੱਖ ਤੋਂ ਝੂਠ ਬੋਲਦਾ ਹੈ। ਤਾਂ ਜਿਸ ਵੇਲੇ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਹੈ, ਸੱਚੀ ਭਾਵਨਾ ਸੱਚ, ਮੈਂ ਤਾਂ ਕਹਿੰਦਾ ਕਿ ਇੱਕ ਓਂਕਾਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ। ਵੇਈ ਨਦੀ ਤੋਂ ਨਿਕਲਣ ਤੋਂ ਬਾਅਦ ਉਹਨਾਂ ਨੇ ਸੰਸਾਰ ਨੂੰ ਇਹ ਦਿੱਤਾ ਕਿ ਕੋਈ ਵੀ ਹਿੰਦੂ ਮੁਸਲਮਾਨ ਮਜ਼ਹਬੀ ਝਗੜਿਆਂ ਦੇ ਵਿੱਚ ਨਾ ਪੈ ਕਰਕੇ ਉਸ ਸੱਚੇ ਪੁਰਖ ਨੂੰ, ਸਦਾ ਰਹਿਣ ਵਾਲੇ ਸਦੀਵੀ ਅਟੱਲ ਹੋਣ ਵਾਲੇ ਪੁਰਖ ਦੇ ਨਾਲ, ਪਰਮਾਤਮਾ ਦੇ ਨਾਲ ਜੁੜੇ। ਮੂਲ ਮੰਤਰ ਤੋਂ ਬਾਅਦ ਅਗਲਾ ਜਪਜੀ ਸਾਹਿਬ, ਜਪ ਬਾਣੀ ਦਾ ਨਾਮ, ਅਤੇ ਫਿਰ ਜਿਹੜਾ ਪਹਿਲਾ ਸਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਉਹ ਇਸ ਤਰ੍ਹਾਂ ਦਾ ਹੈ। ਜਗਤ ਦੇ ਪਹਿਲੋਂ ਵੀ ਹੁਣ ਵੀ, ਜਗਤ ਦੀ ਰਚਨਾ ਤੋਂ ਪਹਿਲੋਂ ਵੀ ਹੁਣ ਵੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਸਦੀਵ ਹੀ ਰਹਿਣਾ ਹੈ। ਤੋ ਇਸ ਤਰ੍ਹਾਂ ਦੇ ਨਾਲ ਉਸ ਵਕਤ ਉਹਨਾਂ ਨੇ ਇਹ ਜੋ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਪਖੰਡਾਂ ਤੋਂ
ਉੱਪਰ ਉੱਠਣ ਦਾ ਉਸ ਵੇਲੇ ਹੀ ਜਿਹੜਾ ਸੀ ਉਹ ਉਪਦੇਸ਼ ਦੇਣੇ ਜਿਹੜੇ ਸਨ ਉਹ ਸ਼ੁਰੂ ਕਰ ਦਿੱਤੇ ਜੀ। ਇਸ ਲਈ ਕਿਹਾ ਜਾਂਦਾ ਕਲ ਤਾਰਨ ਗੁਰੂ ਨਾਨਕ ਕਲ ਤਾਰਨ ਗੁਰੂ ਨਾਨਕ ਜਿਸ ਸਮੇਂ ਇਹਨਾਂ ਨੇ ਉਪਦੇਸ਼ ਦੇਣ ਦੇ ਲਈ ਜਗ੍ਹਾ ਜਗ੍ਹਾ ਗਏ ਜਿੱਥੇ ਜਿੱਥੇ ਚਰਨ ਪਾਏ ਅਤੇ ਉਸ ਸਮੇਂ ਜੋ ਕਰਮ ਕਾਂਡ ਵਹਿਮਾਂ ਪਰਮਾਂ ਦਾ ਇੰਨਾ ਬੋਲਬਾਲਾ ਸੀ ਕਿ ਲੋਕ ਆਪਣੀ ਮਾਨਸਿਕਤਾ ਦੇ ਹੀ ਇੱਕ ਤਰ੍ਹਾਂ ਦੇ ਗੁਲਾਮ ਹੋ ਬੈਠੇ ਸਨ। ਬਿਲਕੁਲ, ਭਾਰਤੀ ਸਮਾਜ ਦੇ ਵਿੱਚ ਇੰਨੇ ਕਰਮ ਕਾਂਡ, ਇੰਨਾ ਜਾਤ ਪਾਤ ਦਾ ਬੋਲਬਾਲਾ, ਚਾਰੋ ਤਰਫ ਸੂਤਕ ਪਾਤਕ ਹੈਂ, ਔਰ ਸੁੱਚ ਪਿੱਟ, ਅਖੌਤੀ ਸੁੱਚ ਪਿੱਟ, ਜਰਾ ਜਿੰਨਾ ਕਿਸੇ ਸ਼ੂਦਰ ਦਾ ਕਿਸੇ ਨੂੰ ਹੱਥ ਲੱਗ ਜਾਵੇ, ਕਿਸੇ ਪੰਡਿਤ ਨੂੰ, ਬ੍ਰਾਹਮਣ ਨੂੰ, ਉਹ ਸਮਝਦਾ ਸੀ ਮੇਰਾ ਧਰਮ ਭ੍ਰਿਸ਼ਟ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨੇ ਧਰਮ ਕੋਈ ਇੰਨੀ ਨਿਗੂਣੀ ਜਿਹੀ ਚੀਜ਼ ਨਹੀਂ ਹੈ ਜਿਹੜੀ ਕਿਸੇ ਬੰਦੇ ਦੇ, ਜਿਹਨੂੰ ਤੁਸੀਂ ਸੋ ਕਾਲਡ ਅਪਵਿੱਤਰ ਕਹਿੰਦੇ ਹੋ, ਛੋਟੀ ਜਾਤ ਵਾਲਾ ਕਹਿੰਦੇ ਹੋ, ਉਹਦੇ ਛੂਹਣ ਦੇ ਨਾਲ, ਉਹਦੇ ਲੱਗਣ ਦੇ ਨਾਲ, ਉਹਦੇ ਪਰਛਾਵੇਂ ਦੇ ਨਾਲ ਉਹ ਭ੍ਰਿਸ਼ਟ ਹੋ ਜਾਵੇਗੀ, ਤੁਸੀਂ ਪਿੱਟੇ ਜਾਓਗੇ। ਗੁਰੂ ਸਾਹਿਬ ਨੇ ਬੜੀਆਂ ਸੁੰਦਰ ਸਾਖੀਆਂ ਐਸੀਆਂ ਸਾਨੂੰ ਮਿਲਦੀਆਂ ਨੇ। ਜਦੋਂ ਹਰਿਦੁਆਰ ਨੂੰ ਗਏ ਨੇ, ਉਸ ਵਕਤ ਪੰਡਿਤ ਜੀ ਚੌਂਕਾ ਜਿਹੜਾ ਸੀ ਉਹ ਸੁੱਚਾ ਕਰ ਰਹੇ ਸਨ, ਦੇ ਕੇ ਚੌਂਕਾ ਕੱਢੀ, ਕਾਰ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ, ਮਨ ਜੂਠੇ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਤਾਂ ਹੁੰਦੀ ਜੇ ਸੱਚ ਨੂੰ ਪਾ ਲਿਆ ਜਾਵੇ। ਲੋਕ ਕਹਿੰਦੇ ਸਾਨੂੰ ਪਿੰਡਾ ਧੋ ਲਿਆ ਤਾਂ ਅਸੀਂ ਸੁੱਚੇ ਹੋ ਗਏ ਹਾਂ, ਜਾਂ ਕਿਸੇ ਦਾ ਹੱਥ ਛੂਹ ਗਿਆ, ਕੋਈ ਐਸੀ ਗੱਲ ਹੋ ਗਈ ਤਾਂ ਅਸੀਂ ਇਸ਼ਨਾਨ ਕਰ ਲਿਆ ਅਤੇ ਸੁੱਚੇ। ਮਹਾਰਾਜ ਕਹਿੰਦੇ ਨੇ ਸੁੱਚੇ ਇੱਦਾਂ ਨਹੀਂ ਹੁੰਦੇ, ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਪਿੰਡਾ ਧੋ ਕੇ ਰੋਜ਼ ਬਹਿਣ ਵਾਲਿਆਂ ਨੂੰ ਸੁੱਚੇ ਨਹੀਂ ਕਿਹਾ ਜਾ ਸਕਦਾ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵੱਸ ਗਿਆ ਹੈ ਉਹ ਅਸਲ ਵਿੱਚ ਸੁੱਚੇ ਹਨ। ਜਿਹੜੇ ਸੱਚ ਦੇ ਨਾਲ ਸਦਾ ਅਟੱਲ ਹੋਂਦ ਵਾਲੇ ਪਰਮਾਤਮਾ ਦੇ ਨਾਲ ਜੁੜ ਗਏ ਹਨ, ਉਸ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ, ਜਿਨ੍ਹਾਂ ਨੇ ਸਮਝ ਲਿਆ ਹੈ ਕਿ ਉਹ ਕਰਤਾ ਪੁਰਖ ਸਾਰਿਆਂ ਜੀਵਾਂ ਦੇ ਵਿੱਚ ਵੱਸ ਰਿਹਾ, ਸਾਰੀ ਕਾਇਨਾਤ ਕੋਈ ਵੀ ਛੋਟਾ ਵੱਡਾ ਨਹੀਂ ਹੈ, ਸਭ ਉਸਦੇ ਹੀ ਪੈਦਾ ਕੀਤੇ ਹੋਏ ਹਨ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਤੇ ਚਾਤ ਪਾਉਂਦੇ ਹਾਂ ਅਤੇ ਉਸ ਦ੍ਰਿਸ਼ ਦੇ ਵੀ ਦਰਸ਼ਨ ਹੁੰਦੇ ਨੇ, ਜਦੋਂ ਗੁਰੂ ਸਾਹਿਬ ਜੀ ਇੱਕ 12 ਵਰਿਆਂ ਦੇ ਬਾਲਕ ਨੂੰ ਮਿਲੇ ਸਨ ਅਤੇ ਬਾਲਕ ਨੂੰ ਵੇਖ ਕੇ ਉਹਨਾਂ ਨੇ ਕਹਿ ਦਿੱਤਾ ਕਿ ਤੇਰਾ ਨਾਂ ਬੁੜਾ ਨਹੀਂ ਬੁੱਢਾ ਹੈ। ਅਤੇ ਉਹ ਮੈਂ ਇਸ ਲਈ ਜ਼ਿਕਰ ਕਰ ਰਹੀ ਹਾਂ ਕਿਉਂਕਿ ਅੱਜ ਹੀ ਪੰਜਾਬ ਵਿੱਚ ਬਾਬਾ ਬੁੱਢਾ ਜੀ ਦਾ ਜੋੜ ਮੇਲਾ ਵੀ ਸ਼ੁਰੂ ਹੋ ਰਿਹਾ ਹੈ। ਹਾਂ, ਇਹ ਉਹਨਾਂ ਦਾ ਜਿਹੜਾ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ ਔਰ ਮਨਾਇਆ ਜਾ ਰਿਹਾ ਹੈ, ਬੜੇ ਉੱਚੇ ਪੱਧਰ ਦੇ ਉੱਪਰ ਬੀੜ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਤੋ ਸੱਚਮੁੱਚ ਉਹ ਉਸ ਵਕਤ ਜਿਸ ਵਕਤ ਮਿਲੇ ਸਨ, ਬੜੀ ਛੋਟੀ ਉਮਰ ਸੀ ਬੂੜਾ ਜੀ ਦੀ, ਤੋ ਉਹ ਉਸ ਵਕਤ ਉਹਨਾਂ ਦੇ ਨਾਲ ਭੇਟ ਵਾਰਤਾ ਹੋਏ। ਗੁਰੂ ਬਾਬਾ ਜੀ ਦੀ ਸ਼ਖਸੀਅਤ ਹੀ ਐਸੀ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਹੜਾ ਵੀ ਦਰਸ਼ਨ ਕਰਦਾ ਸੀ ਉਹ ਖਿੱਚਿਆ ਜਾਂਦਾ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਸਰਕਾਰਾਂ ਜਿਹੜੀਆਂ ਸਨ ਠੱਗੀ ਦੇ ਉੱਪਰ, ਉਸ ਵੇਲੇ ਠੱਗੀ ਦਾ ਬੜਾ ਬੋਲਬਾਲਾ ਸੀ, ਠੱਗੀ ਦੇ ਉੱਪਰ ਰੋਕ ਲਾਉਣ ਵਾਸਤੇ, ਖਤਮ ਕਰਨ ਵਾਸਤੇ ਇਸ ਤਰ੍ਹਾਂ ਦੇ ਦੁਰਾਚਾਰ ਨੂੰ, ਪੈੜ ਨੂੰ ਬੜੇ ਹੀ ਯਤਨ ਕੀਤੇ ਜਾਂਦੇ ਸਨ, ਲੇਕਿਨ ਹੁੰਦਾ ਨਹੀਂ ਸੀ ਐਸਾ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਣ। ਲੇਕਿਨ ਠੱਗਾਂ ਨੇ ਵੀ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਬਾਣੀ ਸੁਣ ਕੇ, ਉਪਦੇਸ਼ ਸੁਣ ਕਰਕੇ, ਠੱਗੀ ਛੱਡ ਦਿੱਤੀ। ਜੇ ਚੋਰਾਂ ਨੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਚੋਰੀ ਛੱਡ ਦਿੱਤੀ। ਭੂਮੀਏ ਚੋਰ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਨੂਰ ਉਰਸਾਂ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਜਾਦੂਗਰ ਜਿਹੜੇ ਸਨ ਜਿਨ੍ਹਾਂ ਦਾ ਕਰਮ ਸੀ ਜਾਦੂਗਰੀ ਦੇ ਨਾਲ ਜਾਂ ਇਸ ਤਰ੍ਹਾਂ ਦੇ ਨਾਲ ਹੱਥਾਂ ਦੀ ਜਿਹੜੀ ਸਫਾਈ ਦੇ ਨਾਲ, ਇਸ ਆਕਰਸ਼ਣ ਦੇ ਨਾਲ ਜਾਂ ਕਾਲੇ ਜਾਦੂ ਦੇ ਨਾਲ, ਇਹ ਬੜਾ ਬੰਗਾਲ ਦੇ ਵਿੱਚ ਜ਼ੋਰ ਸੀ, ਉੱਧਰ ਵੀ ਮਹਾਰਾਜ ਜੀ ਨੇ ਚਰਨ ਪਾਏ ਅਤੇ ਉਹਨਾਂ ਨੂੰ ਇਹਨਾਂ ਕਰਮਾਂ ਕਾਂਡਾਂ ਤੋਂ ਰਹਿਤ ਹੋ ਕਰਕੇ ਪਰਮਾਤਮਾ ਦੀ ਸੱਚੀ ਭਗਤੀ ਕਰਨ ਦੇ ਨਾਲ ਜੋੜਨਾ ਕੀਤਾ ਕਿ ਇਹ ਕਰਮ ਜਿਹੜੇ ਨੇ ਇਹ ਮਾਨਵੀ ਕਰਮ ਨਹੀਂ ਹਨ, ਮਨੁੱਖੀ ਕਰਮ ਤਾਂ ਇਹ ਹਨ, ਮਨੁੱਖਾਂ ਦੀ ਸੇਵਾ ਕਰੋ, ਜੀਵਾਂ ਦੇ ਵਿੱਚ ਅੱਲਾ ਵਾਹਿਗੁਰੂ ਖੁਦਾ ਪਰਮਾਤਮਾ ਨੂੰ ਜਾਣ ਕਰਕੇ ਉਹਨਾਂ ਦੀ ਖਿਦਮਤ ਕਰੋ। ਤੋ ਇਹ ਸੱਚਾ ਧਰਮ ਹੈ ਸੇਵਾ ਔਰ ਸਿਮਰਨ ਦਾ। ਤੋ ਇਸ ਤਰ੍ਹਾਂ ਦੇ ਨਾਲ ਠੱਗਾਂ ਨੇ ਠੱਗੀ ਛੱਡ ਦਿੱਤੀ, ਸੱਜਣ ਬਣ ਗਏ ਉਹ,
ਸੱਜਣ ਵਰਗੇ ਹੋ ਗਏ, ਜਿਹਨਾਂ ਦਾ ਕੰਮ ਸੀ ਬਾਹਰੀ ਭੇਖ ਜਿਹੜਾ ਸੀ ਉਹਨਾਂ ਦਾ ਦੇਖੋ ਧਰਮੀਆਂ ਵਾਲਾ, ਲੇਕਿਨ ਅੰਦਰ ਦੀ ਠੱਗੀ ਨੂੰ ਕੌਣ ਜਾਣੇ। ਧਰ ਭੇਖ ਨੂੰ ਦੇਖ ਕੇ ਤਾਂ ਲੋਕ ਜਿਹੜੇ ਸਨ ਭੁੱਲ ਜਾਂਦੇ ਸਨ, ਪਰ ਅੰਦਰ ਦੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਣਦੇ ਸਨ। ਉੱਜਲ ਕਹਿਹਾਂ ਚਿਲਕਲਾਂ ਕੁੱਟ ਕਾਲੜੀ ਮਾਸਰ ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤੇ ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਹ ਕਹਿ ਕਰਕੇ ਅੱਜ ਵੀ ਸਾਨੂੰ ਗੁਰੂ ਬਾਬੇ ਦਾ ਇਹ ਉਪਦੇਸ਼ ਦੇਣਾ ਕਿ ਬਾਹਰੀ ਭੇਖ ਜਿਹੜਾ ਹੈ ਇਹ ਭੇਖ ਨਹੀਂ ਪਾਰ ਉਤਾਰਾ ਕਰਨ ਵਾਲਾ। ਚੱਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕਿੱਤ, ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੇ ਦੇ। ਨਾਮ ਨੂੰ ਸੰਭਾਲ ਕੇ ਹੀ ਬੰਦਾ ਸੱਚੀ ਆਪਣੀ ਜ਼ਿੰਦਗੀ ਪ੍ਰੈਕਟੀਕਲੀ ਕਰਨ ਦੇ ਨਾਲ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕਰਕੇ ਅੱਛੇ ਕਰਮ ਕਰਨ ਦੇ ਨਾਲ, ਸ਼ੁਭ ਆਚਾਰ ਵਿਵਹਾਰ ਕਿਰਦਾਰ ਬਣਾਉਣ ਦੇ ਨਾਲ ਹੀ ਮਨੁੱਖ ਦਾ ਪਾਰ ਉਤਾਰਾ ਹੋ ਸਕਦਾ ਹੈ, ਨਾ ਕਿ ਕੇਵਲ ਭੇਖ ਧਾਰਨ ਕਰਨ ਦੇ ਨਾਲ। ਸੋ ਇਸ ਤਰ੍ਹਾਂ ਦੇ ਨਾਲ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਗਏ ਨੇ ਉਹਨਾਂ ਨੇ ਉਪਦੇਸ਼ ਤਾਂ, ਕਰਮ ਕਾਂਡਾਂ ਦੀ ਅਸੀਂ ਜ਼ਿਆਦਾ ਗੱਲ ਕਰਦੇ ਸੀ ਕਿ ਭਾਰਤੀ ਸਮਾਜ ਵਿੱਚ ਕਰਮ ਕਾਂਡ ਬਹੁਤ ਸਨ, ਚਾ ਜਨਮ ਤੋਂ ਲੈ ਕਰਕੇ ਅੰਤ ਤੱਕ, ਅਤੇ ਅੰਤ ਤੋਂ ਬਾਅਦ ਵੀ ਨਹੀਂ ਸਨ ਖਤਮ ਹੁੰਦੇ। ਤਾਂ ਉਹਦੇ ਨਾਮ ਦੇ ਉੱਪਰ ਵੀ, ਮੁਕਤੀ ਦੇ ਨਾਮ ਦੇ ਉੱਪਰ, ਗਤੀ ਦੇ ਨਾਮ ਦੇ ਉੱਪਰ ਵੀ ਕਿ ਕਈ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਸਨ, ਕਰਮ ਕਾਂਡ ਕੀਤੇ ਜਾਂਦੇ ਸਨ। ਅਤੇ ਉਹ ਗੁਰੂ ਸਾਹਿਬ ਜੀ ਜਦੋਂ ਵੀ ਜਿੱਥੇ ਜਿੱਥੇ ਵੀ ਐਸੀ ਗੱਲ ਜਿਹੜੀ ਸੀ ਉਹ ਪ੍ਰਚਾਰੀ ਜਾਂਦੀ ਸੀ, ਬਲਕਿ ਉੱਥੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਪ੍ਰਚਾਰ ਕਰਦੇ ਸਨ। ਅਸੀਂ ਦੇਖਦੇ ਹਾਂ ਕਿ ਗਿਆ ਤੀਰਥ ਦੇ ਉੱਪਰ ਜਦੋਂ ਗਏ ਅਤੇ ਉਹ ਉੱਥੇ ਇੱਕ ਗੱਲ ਪ੍ਰਚਲਿਤ ਸੀ ਕਿ ਇੱਥੇ ਜਿਸ ਪ੍ਰਾਣੀ ਦੀ ਗਤੀ ਨਹੀਂ ਹੁੰਦੀ, ਉਹ ਗਤੀ ਕਿਸ ਤਰ੍ਹਾਂ ਨਹੀਂ ਸੀ ਹੁੰਦੀ, ਇਹ ਸਮਝਿਆ ਜਾਂਦਾ ਸੀ ਕਿ ਜਿਹੜਾ ਪ੍ਰਾਣੀ ਜਿਵੇਂ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਜਦੋਂ ਪ੍ਰਾਣੀ ਜਿਹੜਾ ਹੈ ਉਹ ਚੜ੍ਹਾਈ ਕਰਨ ਲੱਗੇ ਤਾਂ ਉਹਨੂੰ ਮੰਜੇ ਤੋਂ ਹੇਠਾਂ ਉਤਾਰ ਦਿੱਤਾ ਜਾਵੇ, ਕੁਸ਼ਾ ਵਿਛਾ ਕਰਕੇ ਉਹਦੇ ਉੱਪਰ ਲਿਟਾ ਦਿੱਤਾ ਜਾਵੇ। ਚੰਗੇ ਭਲੇ ਬੰਦੇ ਨੂੰ ਅਜੇ ਉਹਦੇ ਸਵਾਸ ਰਹਿੰਦੇ ਹੋਣ, ਵਾਹਿਗੁਰੂ ਨੇ ਕੀ ਪਤਾ ਉਹਨੂੰ ਹੋਰ ਜ਼ਿੰਦਗੀ ਦਿੱਤੀ ਹੋਵੇ, ਲੇਕਿਨ ਜਦੋਂ ਉਹਨੂੰ ਮੰਜੇ ਤੋਂ ਲਾਹ ਦਿੱਤਾ ਜਾਂਦਾ ਸੀ ਤਾਂ ਉਹ ਅੱਗੇ ਨਾਲੋਂ ਵੀ ਉਹਦੇ ਮਨ ਦੇ ਵਿੱਚ ਇਹ ਪੱਕਾ ਹੋ ਜਾਂਦਾ ਸੀ ਕਿ ਹੁਣ ਮੈਂ ਖਤਮ ਹਾਂ। ਤੋ ਉਸ ਵਕਤ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਨ ਉਹ ਕੀਤੀਆਂ ਜਾਂਦੀਆਂ ਸਨ। ਹੱਥ ਦੇ ਉੱਪਰ ਫਿਰ ਦੀਵਾ ਜਗਾ ਦਿੱਤਾ ਜਾਵੇ ਔਰ ਉਹਦੇ ਵਿੱਚ ਕੁਝ ਸਿੱਕਾ ਇਤਿਹਾਸਿਕ ਪਾ ਦਿੱਤਾ ਜਾਵੇ, ਰਾਹਦਾਰੀ ਉਸ ਨੂੰ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦੇ ਨਾਲ ਉਹਦੀ ਗਤੀ ਹੁੰਦੀ ਹੈ। ਅਗਰ ਨਾ ਜਗਾਇਆ ਜਾਵੇ, ਨਾ ਦੀਵਾ ਜਗਾਇਆ, ਦੀਵਾ ਵੱਟੀ ਕੀਤੀ ਜਾਵੇ, ਤਾਂ ਫਿਰ ਗਿਆ ਤੀਰਥ ਦੇ ਉੱਪਰ ਜਾ ਕਰਕੇ 365 ਦਿਨ ਅਤੇ ਇੰਨੇ ਹੀ ਦੀਵੇ ਜਗਾ ਕਰਕੇ ਅਤੇ ਪਿੰਡ ਭਰ ਕੇ ਜਿਹੜੇ ਨੇ ਉਹ ਜੌਂ ਅਤੇ ਚੌਲਾਂ ਦਾ ਆਟਾ ਅਤੇ ਤਿਲ ਮਿਲਾਏ ਹੁੰਦੇ ਸੀ, ਇਹਨਾਂ ਨੂੰ ਪਿੰਡ ਕਹਿੰਦੇ ਸਨ, ਉਹਦੇ 9 ਗੋਲੇ ਜਿਹੜੇ ਨੇ ਉਹ ਬਣਾ ਕਰਕੇ ਅਤੇ ਅਰਪਿਤ ਕੀਤੇ ਜਾਂਦੇ ਸਨ, ਕੁਝ ਦੇਵਤਿਆਂ ਨੂੰ ਅਰਪਿਤ ਕੀਤੇ ਜਾਂਦੇ ਸਨ, ਕੁਝ ਜਿਹੜੇ ਪ੍ਰਾਣੀ ਚੜ੍ਹਾਈ ਕਰ ਚੁੱਕਾ ਉਹਦੇ ਨਿਮਿਤ ਦਿੱਤੇ ਜਾਂਦੇ ਸਨ। ਸੋ ਇਸ ਤਰ੍ਹਾਂ ਦੇ ਕਰਮ ਕਾਂਡ ਕੀਤੇ ਜਾਂਦੇ। ਇਹਦਾ ਪਿਛੋਕੜ ਇਹ ਸੀ ਕਿ ਉੱਥੇ ਕਹਿੰਦੇ ਸਨ ਕਿ ਗਿਆ ਸੁਰ ਨਾਮ ਦਾ ਰਾਕਸ਼ਸ ਸੀ ਜਿਸ ਨੇ ਵਰਦਾਨ ਲਿਆ ਹੋਇਆ ਸੀ ਕਿ ਉਹ ਜਿਹੜਾ ਵੀ ਉਸਨੂੰ ਦਰਸ਼ਨ ਕਰੇਗਾ ਉਹਦੀ ਮੁਕਤੀ ਹੋਵੇਗੀ। ਤੋ ਉਹ ਉਸਨੇ ਉਹ ਉੱਥੇ ਖਤਮ ਹੋ ਗਿਆ ਉਹਦਾ ਸਰੀਰ, ਇਹ ਕਿਹਾ ਜਾਂਦਾ ਸੀ। ਅਤੇ ਹੁਣ ਉਸ ਥਾਂ ਦੇ ਉੱਪਰ ਜਿੱਥੇ ਉਹਦਾ ਸਰੀਰ ਕਹਿੰਦੇ ਸਨ, ਅਤੇ ਕਹਿੰਦੇ ਸਨ ਕਿ ਉੱਥੋਂ ਦੇ ਪੁਰੋਹਿਤ ਇਤਿਹਾਸਿਕ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਸੀ ਲੋਕਾਂ ਦੇ ਵਿੱਚ ਕਿ ਜਿਹੜਾ ਇਸ ਉਹਦੇ ਸਰੀਰ ਵਾਲੇ ਥਾਂ ਦੇ ਉੱਪਰ ਆ ਕਰਕੇ ਪਿੰਡ ਭਰੇਗਾ ਉਹਦੀ ਗਤੀ ਹੋਵੇਗੀ, ਮੁਕਤੀ ਹੋਵੇਗੀ। ਸੋ ਇਸ ਤਰ੍ਹਾਂ ਦਾ ਪਿੱਛੇ ਉਹਦਾ ਪਿਛੋਕੜ ਸੀ। ਤੋ ਲੋਕ ਜਾਂਦੇ ਸਨ ਇਸ ਨਾਮ ਦੇ ਉੱਪਰ। ਹੁਣ ਇਹਨਾਂ ਪਿੰਡਾਂ ਉਹਨਾਂ ਸਮਿਆਂ ਦੇ ਵਿੱਚ ਕਿੱਥੋਂ ਕਿੱਥੋਂ ਲੋਕ ਜਿਨ੍ਹਾਂ ਦੀ ਮੁਕਤੀ ਨਹੀਂ ਸੀ ਹੁੰਦੀ, ਗਤੀ ਨਹੀਂ ਸੀ ਹੁੰਦੀ, ਉੱਥੇ ਜਾ ਕਰਕੇ 365 ਦੀਵੇ ਜਗਾ ਆਉਂਦੇ ਸਨ, ਜਾਂ ਉਹ ਇੱਕੋ ਹੀ ਸਮੇਂ ਦੇ ਉੱਪਰ ਉਹਦੀ ਮਾਇਆ ਲੈ ਲੈਂਦੇ ਸਨ ਕਿ ਅਸੀਂ ਬਾਅਦ ਦੇ ਵਿੱਚ ਕਰ ਦਿਆਂਗੇ। ਇਸ ਤਰ੍ਹਾਂ ਦੇ ਕਰਮ ਕਾਂਡ ਕੀਤੇ ਜਾਂਦੇ ਸਨ, ਜਾਂ ਫਿਰ ਉੱਥੇ ਪਿੰਡ ਭਰ ਕੇ, ਜਾਂ ਫਿਰ ਰੋਜ਼ ਉਹਨਾਂ ਨੂੰ ਦੀਵਾ ਜਗਾਉਣਾ ਪੈਂਦਾ ਸੀ ਘਰ ਦੇ ਵਿੱਚ। ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਪ੍ਰਚਲਿਤ ਸਨ, ਵਹਿਮ ਭਰਮ ਜਿਹੜੇ ਸਨ ਉਹ ਬਹੁਤ ਪ੍ਰਚਲਿਤ ਸਨ। ਗੁਰੂ ਸਾਹਿਬ ਜਦੋਂ ਉੱਥੇ ਗਏ ਉਹਨਾਂ ਨੇ ਜਾ ਕਰਕੇ ਆਖਿਆ ਕਿ ਦੀਵੇ ਜਗਾਉਣ ਦੇ ਨਾਲ ਜਿਹੜਾ ਹੈ ਉਹ ਕਿਸੇ ਜੀਵ ਦੀ ਮੁਕਤੀ ਨਹੀਂ ਹੁੰਦੀ, ਇਹ ਤਾਂ ਇਸ ਜਨਮ ਦੇ ਵਿੱਚ ਦੀਵੇ ਦਾ ਸੰਬੰਧ, ਦੀਵੇ ਦੀ ਰੋਸ਼ਨੀ ਇੱਥੇ ਹੈ, ਲੇਕਿਨ ਇੱਕ ਦੀਵਾ ਹੈ ਜਿਹੜਾ ਪਰਮਾਤਮਾ ਦੇ ਨਾਮ ਦਾ ਦੀਵਾ ਹੈ, ਉਹਦਾ ਚਾਨਣ ਜਿਹੜਾ ਹੈ ਮਨੁੱਖ ਦੀ ਅੰਦਰ ਦੀ ਅਗਿਆਨਤਾ ਨੂੰ ਖਤਮ ਕਰਦਾ ਹੈ। ਨਾਮ ਦਾ ਦੀਵਾ, ਬਿਲਕੁਲ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਟੇ ਏਕ ਰੱਤੀ ਲੈ ਪਾਏ। ਹੇ ਲੋਕੋ, ਐਵੇਂ ਫੋਕੀਆਂ ਗੱਲਾਂ ਨਾ ਕਰੋ,
ਲੱਖਾਂ ਮਣ ਲੱਕੜੀ ਇਕੱਠੀ ਕਰ ਦਿੱਤੀ ਜਾਵੇ ਤਾਂ ਇੱਕ ਅੱਗ ਦੀ ਚਿਣਗ ਜਿਹੜੀ ਹੈ ਉਸ ਨੂੰ ਨੇਸਤੋ ਨਾਬੂਦ ਕਰਕੇ ਸੁੱਟ ਦਿੰਦੀ ਹੈ। ਇਸੇ ਤਰ੍ਹਾਂ ਪ੍ਰਭੂ ਦੇ ਨਾਮ ਦਾ ਹਿਰਦੇ ਦੇ ਅੰਦਰ ਜਗਿਆ ਹੋਇਆ ਦੀਵਾ ਇੱਕ ਚਿਣਗ ਜਿਹੜੀ ਹੈ ਉਹ ਸਾਡੇ ਲੱਖਾਂ ਪਾਪਾਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਇੱਕ ਲੋਕਾ ਹੋਰ ਸਮੇਂ ਸ਼੍ਰੀ ਬਾਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਿਖੂਟਸ ਨਾਏ। ਕਿਰਿਆ ਦੇ ਨਾਮ ਦੇ ਉੱਪਰ ਫਿਰ ਉਹਨਾਂ ਨੇ ਕਿਹਾ ਪਿੰਡ ਪੱਤਲ ਮੇਰੀ ਕੇਸੋ। ਉਹ ਪਿੰਡ ਪੱਤਲ ਭਰਦੇ ਸਨ ਨਾ, ਪੱਤਲ ਭਰਦੇ ਸਨ ਜਿਵੇਂ ਅੱਜ ਕੱਲ੍ਹ ਸ਼ਰਾਧਾਂ ਦੇ ਦਿਨਾਂ ਦੇ ਵਿੱਚ। ਇਹ ਕਹਿਣ ਵਾਲੀ ਸੀ ਕਿ ਲੋਕਾਂ ਵਿੱਚ ਵਹਿਮ ਭਰਮ ਉਸ ਟਾਈਮ ਤਾਂ ਚਲੋ ਮੰਨ ਲੈਂਦੇ ਹਾਂ ਕਿ ਇੱਕ ਅਗਿਆਨਤਾ ਸੀ ਜਾਂ ਫਿਰ ਲੋਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਪਰ ਹਾਂ ਸਿਆਣੇ ਜ਼ਰੂਰ ਸੀ। ਉਹਨਾਂ ਵਿੱਚ ਇੱਕ ਸੂਝਬੂਝ ਸੀ, ਕੋਈ ਸਮਝਾਉਂਦਾ ਸੀ ਅਤੇ ਸਮਝ ਜਾਂਦੇ ਸਮਝ। ਪਰ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਜੀ ਨੇ ਉਸ ਸਮੇਂ ਹੀ ਕਰਮ ਕਰਨਾ ਅਤੇ ਸਾਨੂੰ ਵਰਜਿਆ ਸੀ ਕਿ ਸਾਨੂੰ ਗੁਰਮਤ ਵਿੱਚ ਇਹ ਸਭ ਚੀਜ਼ਾਂ ਪ੍ਰਵਾਨ ਨਹੀਂ ਨੇ। ਪਰ ਅੱਜ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਈ ਲੋਕ ਇਸ ਨੂੰ ਇੱਕ ਰਿਵਾਇਤ ਦੇ ਤੌਰ 'ਤੇ, ਇੱਕ ਪਰੰਪਰਾ ਦੇ ਤੌਰ 'ਤੇ ਉਸਨੂੰ ਨਿਭਾਉਂਦੇ ਆ ਰਹੇ। ਮੈਂ ਤਾਂ ਇਹ ਤਰਕ, ਉਹਨਾਂ ਦਾ ਤਰਕ ਹੁੰਦਾ ਕਿ ਸਾਡੇ ਵੱਡੇ ਬਜ਼ੁਰਗ ਇਹੋ ਜਿਹਾ ਕਰਦੇ ਆ ਰਹੇ ਨੇ, ਫਿਰ ਅਸੀਂ ਕਿਉਂ ਪਿੱਛੇ ਰਹੀਏ? ਸਾਨੂੰ ਵੀ ਉਹ ਰੀਤ ਜੋ ਹੈ ਦੇਖਾ ਜਿਹੜੀ ਵੇਖਾਂ ਵੇਖੀ ਇੱਕ ਭੇਡ ਚਾਲ ਵੇਖਾਂ ਵਾਕੀ ਭੇਡ ਚਾਲ ਵਾਲੀ ਰੀਤ ਹੈ। ਗੁਰਮਤ ਦੇ ਅੰਦਰ ਦੇਖਾ ਦੇਖੀ ਵਾਲੀ ਰੀਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਜਿੰਨੇ ਕਰਮ ਕਾਂਡ ਸਨ ਗੁਰਮਤ ਦੇ ਅੰਦਰ, ਗੁਰੂ ਸਾਹਿਬ ਜੀ ਨੇ ਹਰੇਕ ਕਰਮ ਕਾਂਡ ਨੂੰ ਸਾਡੇ ਦੇ ਵਿੱਚੋਂ ਕੱਢਿਆ ਹੈ। ਜਿਨ੍ਹਾਂ ਦਾ ਧਰਮ ਹੈ ਮੁਬਾਰਕ ਹੈ ਉਹਨਾਂ ਨੂੰ ਉਹ ਕਰਨ, ਪਰ ਗੁਰਸਿੱਖ ਹੋ ਕਰਕੇ ਕੋਈ ਇਸ ਤਰ੍ਹਾਂ ਦੇ ਕਰਮ ਕਾਂਡ ਕਰੇ, ਵਹਿਮ ਭਰਮ ਕਰੇ, ਇਹ ਕਹਿ ਕਰਕੇ ਦੇਖੋ ਜੀ ਅਸੀਂ ਉਹਨਾਂ ਨੇ ਕੀਤਾ ਹੈ, ਫਲਾਨਿਆਂ ਨੇ ਕੀਤਾ ਹੈ, ਆਂਢੀਆਂ ਗੁਆਂਢੀਆਂ ਆਲੇ ਦੁਆਲੇ ਦੇਖ ਕੇ ਨਹੀਂ ਕਰਨਾ। ਜੋ ਗੁਰੂ ਕਹਿੰਦਾ ਹੈ ਉਸ, ਤੁਸੀਂ ਆਸਾ ਦੀ ਵਾਰ ਸੁਣਦੇ ਹੋ ਰੋਜ਼, ਤੋ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿੰਨੇ ਵੀ ਕਰਮਕਾਂਡ ਭਾਰਤੀ ਸਮਾਜ ਦੇ ਵਿੱਚ ਨੇ ਉਹਨਾਂ ਸਾਰਿਆਂ ਕਰਮਾਂ ਕਾਂਡਾਂ ਨੂੰ ਆਪਣੇ ਅੰਦਰੋਂ ਕੱਢਣ ਦਾ ਔਰ ਸੱਚੇ ਪ੍ਰਭੂ ਦਾ ਪ੍ਰੈਕਟੀਕਲੀ ਹੋ ਕਰਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਸਾਡੀ ਰੀਤੀ ਇਹ ਨਹੀਂ। ਅੱਜ ਕੱਲ੍ਹ ਸਰਾਧ ਚੱਲ ਰਹੇ ਨੇ ਕਿ ਗੁਰਮਤ ਇਸ ਨੂੰ ਮੰਨਦੀ ਨਹੀਂ, ਬਿਲਕੁਲ ਨਹੀਂ। ਰੱਤਾ ਜਿੰਨਾ ਵੀ ਗੁਰਮਤ ਜਿਹੜੀ ਹੈ ਉਹ ਗਏ ਹੋਏ ਪ੍ਰਾਣੀਆਂ ਦੇ ਨਿਮਿਤ ਜੋ ਦਿੱਤਾ ਜਾਂਦਾ ਹੈ। ਮੈਂ ਇਸ ਪ੍ਰਥਾ ਇੱਕ ਗੱਲ ਕਹਿਣਾ, ਇੱਕ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਜੋ ਉਸ ਵੇਲੇ ਉਸ ਸਮਾਜ ਦੇ ਨਾਲ ਸੰਬੰਧਿਤ ਸਨ, ਤੋ ਉਹ ਕਿਸੇ ਕੰਮ ਦੇ ਵਿੱਚ ਪਰਚੇ ਹੋਏ ਸਨ। ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤੇ ਨੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਉੱਥੇ ਆਉਂਦੇ ਨੇ ਅਤੇ ਪੁੱਛਦੇ ਨੇ ਕਿ ਪਰਚੇ ਕੌਣ ਕਾਜ ਮੈਂ ਤਾਤਾ, ਕਿ ਤਾਤ ਕਹਿੰਦੇ ਨੇ ਪਿਤਾ ਨੇ, ਪਿਤਾ ਜੀ ਤੁਸੀਂ ਕਿਹੜੇ ਕੰਮ ਵਿੱਚ ਲੱਗੇ ਹੋ? ਤੋ ਸਰਬ ਸੋਜ ਕਾਲੂ ਅਨਵਾਈ ਰੀਤ ਸ਼ਰਾਧ ਕਰਨੇ ਅਨਵਾਈ, ਤੋ ਉੱਥੇ ਸ਼ਰਾਧ ਦੀ ਰੀਤ ਕਰ ਰਹੇ ਸਨ ਉਹ। ਤੋ ਪਿਤਾ ਮੈਂ ਤਾਂ ਕਾਲੂ ਜੀ ਕਹਿੰਦੇ ਨੇ ਕਿ ਸਾਡੇ ਵੱਡਿਆਂ ਦੇ ਸ਼ਰਾਧ ਨੇ, ਇਸ ਕਰਕੇ ਇਹ ਸਮਾਨ ਜਿਹੜਾ ਹੈ ਇਹ ਖਾਣ ਪੀਣ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਣਵਾਈਆਂ ਜਾ ਰਹੀਆਂ ਨੇ ਇਹ ਘਰ ਦੇ ਵਿੱਚ ਚਹਿਲ ਪਹਿਲ ਇਸ ਕਰਕੇ ਹੈ। ਪਿੱਤਰਾਂ ਦੇ ਪਿੱਤਰਨ ਕ੍ਰੇਰ ਸ਼ਰਾਧ ਤੁਮਾਰੇ, ਤੁਹਾਡੇ ਪਿੱਤਰਾਂ ਦੇ ਸ਼ਰਾਧ ਹਨ। ਤੋ ਗੁਰੂ ਨਾਨਕ ਸਾਹਿਬ ਮੈਂ ਛੋਟੇ ਥੋੜ੍ਹੇ ਸਮੇਂ ਦੇ ਵਿੱਚ ਹੀ ਦੱਸਣਾ ਚਾਹੁੰਦਾ, ਮਹਾਰਾਜ ਕਹਿੰਦੇ ਨੇ ਮੁਸਕਰਾ ਕਰਕੇ ਕਿ ਕਹਿੰਦੇ ਨੇ ਪਿਤਾ ਜੀ ਪਿੱਤਰ ਕਿੱਥੇ ਨੇ? ਉਹ ਕਹਿੰਦੇ ਨੇ ਜੀ ਬੜੀ ਦੂਰ ਨੇ ਬੇਟਾ, ਤੁਹਾਡੇ ਪਿੱਤਰ ਬਹੁਤ ਦੂਰ ਨੇ। ਤੋ ਇਹ ਸਾਰਾ ਭੋਜਨ ਜਿਹੜਾ ਹੈ ਉਹਨਾਂ ਨੂੰ ਦੇਣਾ ਹੈ ਜੋ ਉਸ ਰੀਤੀ ਦੇ ਮੁਤਾਬਕ ਕਿਹਾ ਜਾਂਦਾ ਸੀ, ਅੱਜ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਖਿਲਾਇਆ ਜਾਂਦਾ ਹੈ। ਤੋ ਕਹਿੰਦੇ ਨੇ ਕਿ ਤੁਹਾਡੇ ਪਿੱਤਰ ਕਿੱਥੇ ਰਹਿੰਦੇ ਨੇ? ਉਹ ਬਹੁਤ ਦੂਰ ਨੇ, ਪਿੱਤਰ ਲੋਕ ਦੇ ਵਿੱਚ ਨੇ। ਅੱਛਾ, ਗੁਰੂ ਸਾਹਿਬ ਕਹਿੰਦੇ ਨੇ ਪਿੱਤਰ ਗਏ ਤੁਮਰੇ ਅਸਥੋਰੀ ਭੁੱਖ ਰੋ ਪਿਆਸ ਜਹਾਨ ਹੈ ਥੋਰੀ। ਤੁਹਾਡੇ ਪਿੱਤਰ ਤਾਂ ਉੱਥੇ ਨੇ, ਕਿ ਉਹਨਾਂ ਦਾ ਸਰੀਰ ਹੈ? ਨਹੀਂ, ਉਹਨਾਂ ਦਾ ਸਰੀਰ ਨਹੀਂ ਹੈ। ਤਾਂ ਫਿਰ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਤੱਤ ਦੀ ਗੱਲ ਕਰਦੇ ਨੇ, ਜਿਨ੍ਹਾਂ ਕੋਲ ਸਰੀਰ ਹੀ ਨਹੀਂ, ਸਾਡਾ ਸਰੀਰ ਹੈ ਅਸੀਂ ਭੋਜਨ ਖਾਂਦੇ ਹਾਂ, ਸਾਡੇ ਸਰੀਰ ਦੇ ਲਈ ਭੋਜਨ ਅਨਿਵਾਰਿਆ ਹੈ ਜ਼ਰੂਰੀ ਹੈ, ਲੇਕਿਨ ਜਿਨ੍ਹਾਂ ਦੇ ਕੋਲ ਸਰੀਰ ਹੀ ਨਹੀਂ ਅਤੇ ਨਾ ਹੀ ਜਿਨ੍ਹਾਂ ਦੇ ਅੰਦਰ ਭੁਲਾਖਾ ਹੈ ਉਹਨਾਂ ਨੂੰ ਕਿਵੇਂ ਉਹ ਪਹੁੰਚ ਸਕਦਾ ਹੈ? ਪਿੱਤਰ ਗਏ ਤੁਮਰੇ ਅਸਥੋਰੀ ਭੁੱਖ ਰੋ ਪਿਆਸ ਜਹਾਂ ਨਹਿ ਥੋਰੀ, ਜਿਨ ਕੇ ਮਨ ਅਭਿਲਾਖਾ ਨਾਹੀਂ ਕਰੇ ਸ਼ਰਾਧ ਸੰਤਤ ਕਿਉਂ ਤਾਂ ਹੀ। ਜਿਨ੍ਹਾਂ ਦੇ ਮਨ 'ਚ ਭੁਲਾਖਾ ਹੀ ਨਹੀਂ ਆ, ਜਿਨ੍ਹਾਂ ਦਾ ਸਰੀਰ ਹੀ ਨਹੀਂ ਹੈ, ਇਹ ਤਾਂ ਇਸ ਧਰਤੀ 'ਤੇ ਰਹਿਣ ਵਾਲੇ ਸਰੀਰਾਂ ਲਈ ਭੋਜਨ ਇਤਿਆਦਿਕ ਹੈ। ਤੋ ਇਸ ਮਨਮਤ ਤੋਂ ਗੁਰੂ ਸਾਹਿਬ ਜੀ ਨੇ ਆਇਆਂ ਗਿਆਂ ਮੋਇਆਂ ਨਾਉ ਪਿੱਛੇ ਪੱਤਲ ਸਦੀਓ ਕਾਮ ਨਾਨਕ ਮਨਮੁੱਖ ਅੰਧ ਆਧਾਰ ਬਾਜ ਗੁਰੂ ਡੁੱਬਾ ਸੰਸਾਰ, ਇਹ ਕਹਿ ਕਰਕੇ ਕਿ ਮਨਮੁੱਖ ਹਨ ਉਹ ਲੋਕ ਜਿਹੜੇ ਇਹਨਾਂ ਕਰਮਾਂ ਕਾਂਡਾਂ ਦੇ ਵਿੱਚ ਪਏ ਰਹਿੰਦੇ ਹਨ, ਸਾਰਾ ਸੰਸਾਰ ਹੀ ਇਸ ਰੀਤੀ ਦੇ ਵਿੱਚ ਡੁੱਬਿਆ ਹੋਇਆ ਹੈ। ਕਬੀਰ ਸਾਹਿਬ ਜੀ ਦਾ ਵੀ ਇੱਕ ਜ਼ਿਕਰ ਆਉਂਦਾ ਹੈ ਕਿ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਜੀ ਨੇ ਕਿਹਾ, ਜਦੋਂ ਉਹ ਸ਼ੁਰੂਆਤੀ ਦੌਰ ਦੀ ਗੱਲ ਹੈ ਕਿ ਸ਼ਰਾਧ ਕਰਨੇ ਹਨ ਪਿੱਤਰਾਂ ਵਾਸਤੇ ਅਤੇ ਤੁਸੀਂ ਖੀਰ ਬਣਾਉਣੀ ਹੈ ਦੁੱਧ ਲੈ ਕਰਕੇ, ਕਬੀਰ ਸਾਹਿਬ ਜੀ ਇੱਕ ਮੋਈ ਹੋਈ ਗਊ ਦੇ ਕੋਲ ਜਾ ਕੇ ਕੁਝ ਘਾਸ ਵੱਢ ਕੇ ਉਸਦੇ ਮੂੰਹ ਦੇ ਕੋਲ ਰੱਖ ਦਿੱਤਾ ਅਤੇ ਆਪ ਉਹਦੇ ਕੋਲ ਬੈਠ ਗਏ ਦੁੱਧ ਲੈਣ ਵਾਸਤੇ। ਕਾਫੀ ਦੇਰ ਦੇਖਣ ਤੋਂ ਬਾਅਦ ਉਹਨਾਂ ਦੇ ਕੋਲ ਗਏ, ਦੇਖਿਆ ਕਿ ਕਬੀਰ ਜੀ ਬੈਠੇ ਨੇ, ਸਮਾਂ ਹੋ ਗਿਆ ਹੈ।
ਤੋ ਜਾ ਕਰਕੇ ਰਾਮਾਨੰਦ ਜੀ ਕਹਿੰਦੇ ਨੇ ਕਿ ਕਬੀਰ ਜੀ ਤੁਹਾਨੂੰ ਦੁੱਧ ਲੈਣ ਭੇਜਿਆ ਸੀ ਪਿੱਤਰਾਂ ਦੇ ਲਈ ਬਣਾਉਣ ਵਾਸਤੇ, ਖੀਰ ਬਣਾਉਣ ਵਾਸਤੇ, ਤਾਂ ਤੁਸੀਂ ਇੱਥੇ ਬੈਠੇ ਹੋਏ ਹੋ। ਤੋ ਕਬੀਰ ਜੀ ਕਹਿੰਦੇ ਨੇ ਇਹ ਗਾਂ ਜਿਹੜੀ ਇਹ ਖਾਏਗੀ, ਘਾਹ ਖਾਏਗੀ ਅਤੇ ਤਾਂ ਹੀ ਦੁੱਧ ਦੇਵੇਗੀ ਨਾ। ਤੋ ਰਾਮਾਨੰਦ ਜੀ ਕਹਿੰਦੇ ਤੇ ਮਰੀ ਹੋਈ ਹੈ, ਇਹ ਮਰੀ ਹੋਈ ਘਾਹ ਥੋੜ੍ਹਾ ਖਾਏਗੀ। ਕਬੀਰ ਸਾਹਿਬ ਮੁਸਕਰਾਉਂਦੇ ਨੇ, ਕਹਿੰਦੇ ਨੇ ਸਾਡੇ ਪਿੱਤਰਾਂ ਨੂੰ ਕਿਤਨਾ ਸਮਾਂ ਹੋ ਗਿਆ ਹੈ, ਜਿਹੜੇ ਇੰਨੇ ਸਮਾਂ ਪਹਿਲਾਂ ਖਤਮ ਹੋ ਚੁੱਕੇ ਨੇ। ਜੇ ਇਹ ਥੋੜ੍ਹਾ ਹੀ ਸਮਾਂ ਪਹਿਲਾਂ ਖਤਮ ਹੋਈ, ਘਾਹ ਨਹੀਂ ਖਾ ਸਕਦੀ, ਦੁੱਧ ਨਹੀਂ ਦੇ ਸਕਦੀ, ਤਾਂ ਇੰਨਾ ਲੰਬਾ ਜਿਹੜਾ ਹੈ ਮਰੇ ਹੋਏ ਜਿਹੜੇ ਗਏ ਹਨ ਉਹ ਕਿਵੇਂ ਖਾ ਸਕਦੇ ਹਨ। ਸੋ ਇਸ ਤਰ੍ਹਾਂ ਦੇ ਨਾਲ ਇਸ ਕਰਮ ਕਾਂਡ ਤੋਂ ਸਾਨੂੰ ਨਿਜਾਤ ਦਿਵਾਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਰੇਕ ਭਰਮ ਤੋਂ, ਵਹਿਮ ਤੋਂ, ਪਖੰਡ ਤੋਂ ਸਾਨੂੰ ਜਿਹੜਾ ਹੈ ਉਹ ਉੱਪਰ ਉੱਠ ਕੇ ਪ੍ਰਭੂ ਨਾਮ ਦਾ ਸਿਮਰਨ ਜਿਹੜਾ ਹੈ ਉਹ ਕਰਨ ਦੀ ਤਾਕੀਦ ਕੀਤੀ। ਮੈਂ ਸਮਝਦਾ ਹਾਂ ਕਿ ਅੱਜ ਦੇ ਦਿਨ ਉੱਪਰ ਸਾਨੂੰ ਇਹ ਗੱਲਾਂ, ਇਹ ਗੁਰੂ ਸਾਹਿਬ ਜੀ ਦੇ ਉਪਦੇਸ਼ ਜਿਹੜੇ ਨੇ ਆਪਣੇ ਹਿਰਦੇ 'ਚ ਵਸਾਉਣੇ ਚਾਹੀਦੇ ਹਨ ਉਹਨਾਂ ਦੇ ਪਵਿੱਤਰ ਜੋਤੀ ਜੋਤ ਪੁਰਬ ਦੇ ਉੱਪਰ। ਜੀ, ਇਤਿਹਾਸ ਵਿੱਚ ਅਜਿਹੀਆਂ ਕਈ ਅਨੇਕਾਂ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਕੁਛ ਨਾ ਕੁਛ ਸਿੱਖਿਆ ਮਿਲਦੀ ਹੈ, ਪਰ ਉਹਨਾਂ ਸਾਖੀਆਂ ਨੂੰ ਸੁਣਨ ਅਤੇ ਸਮਝਣ ਦਾ ਕੀ ਫਾਇਦਾ ਜਦੋਂ ਅਸੀਂ ਉਸ ਤੋਂ ਕੁਛ ਸਿੱਖ ਹੀ ਨਾ ਸਕੀਏ। ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਅੱਜ ਦੇ ਯੁੱਗ ਵਿੱਚ ਵੀ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵਹਿਮਾਂ ਭਰਮਾਂ 'ਚ ਫਸੇ ਹੋਏ ਨੇ, ਕਰਮ ਕਾਂਡਾਂ 'ਚ ਫਸੇ ਹੋਏ ਨੇ, ਕਈ ਵਾਰੀ ਸਭ ਕੁਝ ਸਮਝਦੇ ਹੋਇਆਂ ਵੀ ਫਿਰ ਵੀ ਕਰੀ ਚਲੇ ਜਾ ਰਹੇ ਨੇ, ਕਿਉਂਕਿ ਉਹਨਾਂ ਦੇ ਵੱਡੇ ਕਹਿੰਦੇ ਨੇ, ਕਈ ਰਿਸ਼ਤੇਦਾਰਾਂ ਦੇ ਲਿਹਾਜ਼ ਨਾਲ ਉਹਨਾਂ ਨੂੰ ਰੱਖਣੀ ਪੈਂਦੀ ਹੈ। ਸੋ ਕਹਿਣ ਦੇ ਆਧਾਰ 'ਤੇ ਚੱਲਦੇ ਰਹਿੰਦੇ ਨੇ, ਪਰ ਜਦੋਂ ਅਸੀਂ ਇਸ 'ਤੇ ਗੌਰ ਕਰਦੇ ਹਾਂ ਅਤੇ ਇਹ ਵੇਖਦੇ ਹਾਂ ਕਿ ਜੋ ਇਹ ਵਹਿਮ ਭਰਮ ਕਰਮ ਕਾਂਡ ਇੰਨੇ ਸਾਡੇ ਅੰਦਰ ਇੱਕ ਤਰ੍ਹਾਂ ਦੇ ਕਾਰੀਗਰ ਬੈਠੇ ਨੇ ਕਿ ਸਾਨੂੰ ਇਸ ਤੋਂ ਨਿਜਾਤ ਪਾਉਣਾ ਮੁਸ਼ਕਿਲ ਹੋ ਜਾਂਦਾ, ਅਸੀਂ ਇਸ ਤੋਂ ਚਾਹ ਕੇ ਵੀ ਸਮਝ ਕੇ ਵੀ ਛੁਟਕਾਰਾ ਨਹੀਂ ਪਾਉਂਦੇ। ਸੋ ਰੀਤੀ ਰਿਵਾਜਾਂ ਦੇ ਨਾਮ 'ਤੇ ਹੀ ਅਜਿਹੇ ਕਰਮ ਕਾਂਡ ਅਸੀਂ ਕਰਦੇ ਚਲੇ ਆ ਰਹੇ ਹਾਂ ਅਤੇ ਸਾਡੇ ਅੱਗੇ ਬੱਚੇ ਵੀ ਸਾਨੂੰ ਵੇਖ ਕੇ ਇਹੀ ਸਿੱਖਦੇ ਨੇ। ਸੋ ਕਹਿਣ ਦਾ ਭਾਵ ਇਹ ਕਿ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਅਸੀਂ ਕਈ ਇਤਿਹਾਸਕ ਪੁਰਬ ਮਨਾਉਂਦੇ ਹਾਂ, ਪਰ ਉਹਨਾਂ ਇਤਿਹਾਸਕ ਪੁਰਬ ਨੂੰ ਮਨਾਉਣਾ ਮੁਬਾਰਕ ਤਾਂ ਹੈ, ਪਰ ਅਸੀਂ ਉਹਨਾਂ ਤੋਂ ਕੁਛ ਸਿੱਖਣਾ ਵੀ ਹੈ। ਅਸੀਂ ਖਾਸ ਦਿਹਾੜੇ ਮੌਕੇ ਗੁਰਦੁਆਰੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਉਹਨਾਂ ਦੀ ਬਾਣੀ ਸੁਣਦੇ ਹਾਂ, ਅਤੇ ਬਾਣੀ ਨੂੰ ਪੜ੍ਹਨ ਸੁਣਨ ਦਾ ਸਮਝਣ ਦਾ ਮਤਲਬ ਇਹੀ ਹੈ ਕਿ ਅਸੀਂ ਗੁਰੂ ਦੀ ਮੱਤ ਨੂੰ ਪ੍ਰਵਾਨ ਕਰਨਾ ਹੈ, ਅਤੇ ਗੁਰੂ ਦੀ ਮੱਤ ਸਾਨੂੰ ਇਹਨਾਂ ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਤੋਂ ਵਜਦੀ ਹੈ, ਅਤੇ ਸਾਨੂੰ ਵੀ ਇਹ ਜ਼ਰੂਰ ਇਸ 'ਤੇ ਗੌਰ ਕਰਨਾ ਚਾਹੀਦਾ, ਸਿੱਖਣਾ ਚਾਹੀਦਾ, ਕਿਉਂਕਿ ਸਿੱਖਣਾ ਹਰ ਇੱਕ ਸਿੱਖ ਦਾ ਫਰਜ਼ ਹੈ। ਸਤਸੰਗਤ ਜੀ, ਧਰਮਚਾਰ ਨੂੰ ਇੱਥੇ ਸੰਕੋਚ ਦੇ ਹੁਣ ਲੈਂਦੇ ਹਾਂ ਆਪ ਜੀ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ। ਪ੍ਰਸ਼ਨ ਹੈ ਜੀ, ਕੈਨੇਡਾ ਤੋਂ ਹਰਜੀਤ ਕੌਰ ਜੀ ਪੁੱਛ ਰਹੇ ਨੇ, ਸੁਖਣਾ ਸੁਖਣੀ ਕੀ ਹੁੰਦੀ ਹੈ, ਕੀ ਗੁਰਮਤਿ ਵਿੱਚ ਇਹ ਪ੍ਰਵਾਨ ਹੈ? ਹਰਜੋਤ ਕੌਰ ਜੀ, ਸੁਖਣਾ ਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸੁਖਣਾ ਕੀ ਹੈ, ਮੈਂ ਸਮਝਦਾ ਹਾਂ ਇੱਕ ਕੰਪਰੋਮਾਈਜ਼ ਹੈ, ਇੱਕ ਸੌਦਾ ਹੈ ਕਿ ਤੁਸੀਂ ਇਹ ਵਾਹਿਗੁਰੂ ਜੀ ਆਹ ਚੀਜ਼ ਮੈਨੂੰ ਦੇ ਦਿਓਗੇ, ਮੇਰਾ ਆਹ ਕੰਮ ਕਰ ਦਿਓਗੇ, ਅਤੇ ਮੈਂ ਇੰਨਾ ਤੁਹਾ ਇਹ ਚੀਜ਼ ਤੁਹਾਨੂੰ ਚੜਾਵਾਂਗੀ, ਇਹ ਚੀਜ਼ ਕਰਾਂਗੀ, ਇਹ ਪਾਠ ਕਰਾਵਾਂਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਸੁਖਣਾ ਕਿਹਾ ਜਾਂਦਾ ਹੈ। ਤੋ ਸੁਖਣਾ ਜਾਂ ਕਹਿ ਲਓ ਜਾਂ ਮੰਨਤ ਕਹਿ ਲਓ, ਤੋ ਇਹ ਜਿਹੜੀ ਇਹ ਇੱਕ ਸੌਦੇਬਾਜ਼ੀ ਹੈ, ਗੁਰਮਤਿ ਸੌਦੇਬਾਜ਼ੀ ਦਾ ਧਰਮ ਨਹੀਂ ਹੈ, ਇਹ ਪ੍ਰਵਾਨ ਨਹੀਂ ਹੈ। ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੁੰਦੀ ਹੈ, ਉਹ ਵੀ ਅਰਦਾਸ ਹੁੰਦੀ ਹੈ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਣੇ ਤਾਂ ਆਣੇ ਰਾਸ, ਉਹਦੇ ਭਾਣੇ ਦੇ ਵਿੱਚ ਰਹਿ ਕਰਕੇ ਅਰਦਾਸ ਪ੍ਰਵਾਨ ਹੁੰਦੀ, ਜੇ ਤੁਹਾਨੂੰ ਭਾਵੇ ਤੁਹਾਡੀ ਮਰਜ਼ੀ ਹੋਵੇ ਇਸ ਤਰ੍ਹਾਂ ਦੇ ਨਾਲ। ਤੋ ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਣੋ, ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਸੰਗਤ ਜੀ, ਆਪ ਜੀ ਕੋਲ ਵੀ ਕੋਈ ਪ੍ਰਸ਼ਨ ਹੈ, ਕੋਈ ਵਿਚਾਰ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਸਾਨੂੰ ਈਮੇਲ ਭੇਜ ਕੇ ਦੱਸ ਸਕਦੇ ਹੋ। ਈਮੇਲ ਐਡਰੈਸ ਨੋਟ ਕਰੋ ਜੀ, editorpunjabi@zmedia.sfgroup.com। SMS ਭੇਜਣ ਦੇ ਲਈ ਮੋਬਾਈਲ ਦੇ ਮੈਸੇਜ 200 ਜਾਓ, ਏਕੋਂਕਾਰ ਟਾਈਪ ਕਰੋ, ਸਪੇਸ ਦਿਓ, ਸਵਾਲ ਸੁਝਾਅ ਫਿਰ ਨਾਲ ਲਿਖਣਾ, ਭੇਜਣਾ ਜੀ 57575 'ਤੇ। ਆਪ ਜੀ ਆਪਣੇ ਵਿਚਾਰ, ਆਪਣੇ ਪ੍ਰਸ਼ਨ ਸਾਨੂੰ ਚਿੱਠੀਆਂ ਦੇ ਜ਼ਰੀਏ ਵੀ ਭੇਜ ਸਕਦੇ ਹੋ। ਚਿੱਠੀਆਂ ਭੇਜਣ ਦੇ ਲਈ ਪਤਾ ਨੋਟ ਕਰ ਲਓ ਜੀ, ਜ਼ੀ ਪੰਜਾਬ ਹਰਿਆਣਾ ਹਿਮਾਚਲ, FC 19, Sector 16A, ਫਿਲਮ ਸਿਟੀ ਨੋਇਡਾ 2013301। ਗਿਆਨ ਰਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਸਕਾਲ ਪੁਰਬ ਦੀ ਸਿਫਤ ਸਲਾਹ ਵਿੱਚ ਅੱਜ ਦੀ ਹਾਜ਼ਰੀ ਹੁਣ ਇਜਾਜ਼ਤ ਦਿਓ ਜੀ, ਵੇਲਾ ਹੋ ਚੱਲਿਆ, ਅਤੇ ਹੁਣ ਮਾਣਦੇ ਹਾਂ ਅੱਜ ਦੀ ਕਥਾ ਦਾ ਆਨੰਦ। ਭੁੱਲਾਂ ਚੁੱਕਾਂ ਲਿਖੇ ਮਾਂ ਪਿਆਰ ਸਤ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।